7 ਜਾਂ 8 ਵਜੇ ਆ ਰਹੇ ਇਹਨਾਂ ਨੂੰ ਲੈਣ ਵਾਸਤੇ। ਇਹ ਵੀ ਅੱਜ ਆਪਾਂ ਅੱਜ ਸ਼ਾਮ ਤੱਕ ਇਹਨਾਂ ਨੂੰ ਸੇਲ ਕਰ ਦਾਂਗੇ, ਜੇ ਕਿਸੇ ਨੇ ਲੈ ਕੇ ਜਾਣੇ ਹੋਏ ਤਾਂ ਲੈ ਜੂਗਾ। ਬੱਤਖਾਂ ਦੇ ਆਂਡੇ ਤਾਂ ਆਪਾਂ ਨੂੰ ਮਿਲੇ ਨਹੀਂ, ਆਂਡੇ 'ਚ ਤਾਂ ਭਾਈ ਕੋਈ ਨਹੀਂ ਨਿਕਲਿਆ ਹੈਗਾ, 10-12 ਸਾਰੇ ਆਂਡੇ ਹੈ ਨਾ ਖਰਾਬ ਹੋ ਗਏ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ? ਅਤੇ ਦੋਸਤੋ ਆਪਣੇ ਫਾਰਮ 'ਚ ਆ ਰਹੇ ਜੀ ਬੱਚੇ, ਅਤੇ ਬਾਈ ਸੁਬਹਾ ਦੇ 5 ਵੱਜ ਗਏ ਅਤੇ ਗੱਡੀ ਬਾਈ ਤੁਰੀ ਹੋਈ ਆ, ਤਕਰੀਬਨ 3 ਵਜੇ ਦੀ ਗੱਡੀ ਤੁਰੀ ਹੋਈ ਆ ਅਤੇ ਪਹੁੰਚਣੇ ਵਾਲਾ ਬਾਈ ਗੱਡੀ ਵਾਲਾ। ਅੱਜ ਪਹਿਲੀ ਵਾਰ ਵੀਡੀਓ ਬਣਾ ਰਹੇ ਹਾਂ, 2900 ਬੱਚਾ ਆ ਰਹੇ ਆਪਣੇ ਫਾਰਮ 'ਤੇ। ਅੱਜ ਹੈਗੀ ਜੀ 13 ਤਰੀਕ, ਉਸ ਤੋਂ ਬਾਅਦ ਬਾਈ ਆਉਣਾ ਹੈ 16 ਤਰੀਕ ਨੂੰ, 16 ਤਰੀਕ ਨੂੰ ਬੱਚਾ ਆਊਗਾ, ਦੇਖਦੇ ਹਾਂ ਉਦੋਂ ਵੀ ਆਪਾਂ ਜਦੋਂ ਆਊਗਾ ਨਾ ਵੀਡੀਓ ਬਣਾਵਾਂਗੇ। ਤਕਰੀਬਨ 5-5 ਦਿਨ ਬਾਅਦ ਬੱਚਾ ਆਉਂਦਾ ਆਪਣੇ ਫਾਰਮ ਵਿੱਚ, ਅਤੇ ਦਿਨ 'ਚ ਵੀਰ ਬੱਚਾ ਆਪਾਂ ਮੰਗਵਾਈ ਦੇ ਨਹੀਂ, ਗਰਮੀ ਬਹੁਤ ਹੈ, ਜਾਂ ਰਾਤ ਨੂੰ ਜਾਂ ਸੁਬਹਾ ਟਾਈਮ ਆਪਾਂ ਬੱਚਾ ਮੰਗਵਾਈ ਦਾ। ਅਤੇ ਬਸ ਆਪਾਂ ਇੱਥੇ ਰੱਖਾਂਗੇ, ਮੈਂ ਜਗ੍ਹਾ ਜੀ ਬਣਾ ਤੀ ਉਰੇ, ਅਤੇ 40 ਕੁ ਤਕਰੀਬਨ ਡੱਬੇ ਆ, ਜਦੋਂ ਆਊਗੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ। A few moments later. ਅਤੇ ਆਪਾਂ ਨੇ ਹਲੇ ਬਾਈ ਹਲੇ ਇੱਥੇ ਰੱਖਿਆ, ਅਤੇ ਬੰਦੇ ਆ ਰਹੇ ਹਾਂ ਤਕਰੀਬਨ 7 ਜਾਂ 8 ਵਜੇ ਆ ਰਹੇ ਇਹਨਾਂ ਨੂੰ ਲੈਣ ਵਾਸਤੇ। ਅਤੇ ਕੂਲਰ ਆਪਾਂ ਨੇ ਬਾਈ ਲਾ ਤਾ, ਟੈਂਪਰੇਚਰ ਇਸ ਟਾਈਮ ਹੈਗਾ 27.1 ਆ, ਅਤੇ ਕੂਲਰ ਆਪਾਂ ਨੇ ਛੱਡਤਾ ਇਹਨਾਂ ਨੂੰ, ਟੈਂਪਰੇਚਰ ਮੈਂਟੇਨ ਰਹੂਗਾ, ਕਿਉਂਕਿ ਡੱਬਿਆਂ ਵਿੱਚ ਨਾ ਬਾਈ ਗਰਮੀ ਲੱਗਦੀ ਆ, ਤਾਂ ਕਰਕੇ ਆਪਾਂ ਨੇ ਕੂਲਰ ਲਾ ਤਾ। ਇਹ ਸਾਰੇ ਬਾਈ ਇੱਕ ਬੰਦੇ ਨੇ ਲਿਖੇ ਜਾਣੇ ਆ, ਇਹ ਇੱਕ ਸਾਈਡ ਜਾਣੇ ਆ, ਅਤੇ ਇਹ ਵਾਲੇ ਬਾਈ ਜਾਣੇ ਆ ਜਿਹੜੇ 8-9 ਡੱਬੇ ਆ, ਇਹ ਜਾਣੇ ਆ 2-3 ਸਾਈਡ ਜਾਣੇ ਆ, ਇਹ 2-3 ਬੰਦਿਆਂ ਨੇ ਲੈਣੇ ਆ, ਇਹ ਇੰਨੇ ਇੱਕੋ ਬੰਦੇ ਨੇ ਲੈਣੇ ਆ। 5 hours later. ਲਓ ਜੀ ਬਾਈ 9 ਵੱਜ ਗਏ ਅਤੇ ਚੂਚੇ ਹੋ ਗਏ ਬਾਈ ਸਾਰੇ ਸੇਲ, ਅਤੇ ਆਪਾਂ ਵੀ ਵਰਦੀ ਪਾਏ, ਅਤੇ ਹਲੇ ਦਾਣਾ ਰਹਿੰਦਾ ਚੂਚਿਆਂ ਦਾ ਪਾਉਣ ਦਾ, ਅਤੇ ਉਹ ਵੀ ਹੁਣ ਪਾਉਣਾ, ਅਤੇ ਚੂਚੇ ਤਾਂ ਬਾਈ ਸਾਰੇ ਬੁੱਕ ਹੋਏ ਵੀ ਹੁੰਦੇ ਆ, ਅਤੇ ਬੰਦੇ ਲੈ ਗਏ ਸੀਗੇ 8 ਵਜੇ ਆ ਕੇ ਸਾਰੇ ਲੈ ਗਏ, ਥੋੜ੍ਹੇ ਜਿਹੇ ਰਹਿੰਦੇ ਆ, ਤਕਰੀਬਨ 30-35 ਚੂਚੇ ਰਹਿੰਦੇ ਆ। ਮੈਂ 100 ਕੁ ਬੱਚਾ ਫਾਲਤੂ ਮੰਗਾ ਲੈਂਦਾ, ਅਤੇ ਉਹਨਾਂ ਵਿੱਚੋਂ ਜੇ ਕਿਸੇ ਨੇ ਲੈਣੇ ਹੁੰਦੇ ਆ ਅਗਲਾ ਲੈ ਜਾਂਦਾ ਬਿਨਾਂ ਬੁਕਿੰਗ ਵਾਲੇ। ਅਤੇ ਆਪਾਂ ਨੇ ਛੱਡਤੇ ਇੱਥੇ, ਇਹ ਵੀ ਅੱਜ ਆਪਾਂ ਅੱਜ ਸ਼ਾਮ ਤੱਕ ਇਹਨਾਂ ਨੂੰ ਸੇਲ ਕਰ ਦਾਂਗੇ, ਜੇ ਕਿਸੇ ਨੇ ਲੈ ਕੇ ਜਾਣੇ ਹੋਏ ਤਾਂ ਲੈ ਜੂਗਾ। ਅਤੇ ਬਾਕੀ ਆਪਣੇ 10-12 ਕੁ ਆਪਣੇ ਜਿਹੜੇ 15 ਤਰੀਕ ਵਾਲੇ 19 ਤਰੀਕ ਵਾਲੇ ਨਿਕਲੇ ਸੀਗੇ ਉਹ ਛੱਡੇ ਹੋਏ ਆਪਾਂ ਨੇ, ਇਹਨਾਂ ਨੂੰ ਦਾਣਾ ਦੂਣਾ ਪਾ ਤਾ, ਬਾਕੀ ਸ਼ਾਮ ਤੱਕ ਆਪਾਂ ਇਹਨਾਂ ਨੂੰ ਵੀ ਅੱਜ ਸੇਲ ਕਰ ਦਾਂਗੇ, ਸ਼ਾਮ ਨੂੰ ਜਾਂ ਕੱਲ੍ਹ ਤੱਕ ਆਪਾਂ ਕਰ ਦਾਂਗੇ। ਅਤੇ ਅੱਜ ਮਸ਼ੀਨ 'ਚ ਆਂਡੇ ਵੀ ਲਾਉਣੇ ਆ, ਕਿਉਂਕਿ ਥੋੜ੍ਹੀ ਜਿਹੀ ਜਗ੍ਹਾ ਪਈ ਸੀਗੀ, ਬੱਤਖਾਂ ਦੇ ਆਂਡੇ ਤਾਂ ਆਪਾਂ ਨੂੰ ਮਿਲੇ ਨਹੀਂ, ਅਤੇ ਮਖਾਂ ਚਲੋ ਹਾਲੇ ਆਪਣੇ ਪਾਸ ਦੂਜੇ ਹੀ ਪਏ ਆ ਮੁਰਗੀਆਂ ਵਾਲੇ ਆਂਡੇ, ਅਤੇ ਇਹ ਲਾ ਦਿੰਦੇ ਹਾਂ, ਅਤੇ ਪਹਿਲਾਂ ਹੁਣ ਟਰੇਆਂ 'ਚ ਲਾਉਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਆਪਾਂ ਡੇਟ ਲਿਖਦੇ ਹਾਂ ਅੱਜ ਦੀ, ਅਤੇ ਫਿਰ ਦੇਖਦੇ ਕਿੰਨੇ ਕੁ 2 ਟਰੇ ਆ, ਵੈਸੇ ਤਾਂ ਸ਼ਾਇਦ 2 ਟਰੇਆਂ ਹੋਣਗੀਆਂ, ਪਹਿਲਾਂ ਆਪਾਂ ਲਾ ਦਿੰਦੇ ਇਹਨੂੰ, 2 ਟਰੇਆਂ ਨਹੀਂ ਹੋਈਆਂ ਹੈਗੀਆਂ, ਅਤੇ 12 ਘੰਟੇ ਘੱਟ ਆ, ਅਤੇ ਚਲੋ ਜਿੰਨੇ ਕੁ ਹੋ ਗਏ ਹੈ ਨਾ ਆਪਾਂ ਲਾ ਦਿੰਦੇ ਅੱਜ। ਅਤੇ ਆਪਾਂ ਨੇ ਡੇਟ ਲਿਖਤੀ ਨਾ ਪਰ, ਅਤੇ 3 ਘੰਟੇ ਬਾਈ ਖਰਾਬ ਸੀਗੇ ਇਹਨਾਂ ਨੂੰ, ਥੋੜ੍ਹੀ ਥੋੜ੍ਹੀ ਠੋਰ ਲੱਗੀ ਹੋਈ ਸੀਗੀ, ਚਲੋ ਇਹ ਆਪਾਂ ਖਾ ਲਾਂਗੇ।
ਤੇ 10-12 ਅੰਡੇ ਪਏ ਆਪਣੇ ਪਾ ਬਟੇਰਾਂ ਦੇ, ਤੇ ਉਹ ਵੀ ਅੱਜ ਆਪਾਂ ਰੱਖਦੇ ਹਾਂ ਡੇਟ ਲਿਖ ਕੇ। ਅਤੇ ਬਾਕੀ ਅੱਜ 13 ਤਰੀਕ ਨੂੰ ਆਪਣਾ ਚੂਚੇ ਆਏ ਸੀਗੇ ਅਤੇ ਹੁਣ ਆਉਣੇ 16 ਤਰੀਕ ਨੂੰ। ਜੇ ਕਿਸੇ ਵੀਰ ਨੇ ਲੈਣੇ ਆ ਤਾਂ ਹੈ ਨਾ ਬੁਕਿੰਗ ਕਰਵਾ ਦਿਉ, ਅਤੇ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨੰਬਰ ਹੈ ਨਾ ਆਪਾਂ ਦਿੱਤਾ ਹੋਇਆ। ਅਤੇ ਹਾਂ ਬਾਈ, ਦੂਜੇ ਨੰਬਰ ਆਈ ਨਾ ਟਰੇ ਸਾਰੀ ਖਾਲੀ ਪਈ ਆ, ਇਹਦੇ ਵਿੱਚ ਲਾ ਦਿੰਦੇ ਆਪਾਂ। ਅੰਡੇ ਲੱਗ ਗਏ ਸਾਰੇ, ਇੱਧਰ ਬਚ ਗਈ ਥੋੜ੍ਹੀ ਜਿਹੀ ਜਗ੍ਹਾ, 15-20 ਅੰਡੇ ਦੀ ਜਗ੍ਹਾ ਹੋਰ ਬਚ ਗਈ। ਅਤੇ ਬਾਕੀ ਜੇ ਤਾਂ ਬੱਤਕ ਵਾਲੇ ਮਿਲ ਗਏ, ਕੱਲ੍ਹ ਪਾਸੇ ਨੂੰ ਜਾਣਾ ਇੱਕ ਵਾਰ ਫਿਰ ਗਗਨ ਭਾਈ ਦਾ ਕੋਲ, ਅਤੇ ਉਹਨਾਂ ਦੇ ਨਾਲ ਆ ਫਾਰਮ ਬਾਈ ਦਾ ਜਿਨ੍ਹਾਂ ਨੇ ਬੱਤਕਾਂ ਰੱਖੀਆਂ ਹੋਈਆਂ। ਅਤੇ ਬਾਕੀ ਸਰਪੰਚ ਦੇ ਅੰਡੇ 'ਚ ਤਾਂ ਬਾਈ ਕੋਈ ਨਹੀਂ ਨਿਕਲਿਆ ਹੈਗਾ, 10-12 ਸਾਰੇ ਅੰਡੇ ਹੈ ਨਾ ਖਰਾਬ ਹੋ ਗਏ। ਜਿਹੜੇ 2 ਨਿਕਲੇ ਸੀਗੇ ਤੁਸੀਂ ਪਹਿਲੀ ਵੀਡੀਓ 'ਚ ਦੇਖੇ ਹੋਣੇ ਆ, ਉਹ ਵੀ ਮਰ ਗਏ ਸੀਗੇ। ਚਲੋ ਇਹਦਾ ਬਾਈ ਹੁਣ ਆਪਾਂ ਬਾਅਦ 'ਚ ਕਰਾਂਗੇ ਐਕਸਪੈਰੀਮੈਂਟ, ਕਿਉਂਕਿ ਹਲੇ ਥੋੜ੍ਹਾ ਜਿਹਾ ਟਾਈਮ ਜਿਹਾ ਨਹੀਂ ਹੈਗਾ, ਕਿਉਂਕਿ ਬੱਚਿਆਂ ਦਾ ਹਲੇ ਸੀਜ਼ਨ ਚੱਲ ਰਿਹਾ। ਥੋੜ੍ਹੇ ਜਿਹੇ ਵਿਹਲੇ ਹੋ ਕੇ ਨਾ ਫਿਰ ਆਪਾਂ ਇੱਕ ਨਵਾਂ ਪਿੰਜਰਾ ਬਣਾਵਾਂਗੇ, ਫਿਰ ਉਹਦੇ ਵਿੱਚ 10 ਮੁਰਗੀਆਂ ਅਤੇ ਸਰਪੰਚ ਨੂੰ ਛੱਡਾਂਗੇ, ਫਿਰ ਇਹਨਾਂ ਦੇ ਬੱਚੇ ਆਪਾਂ ਤਿਆਰ ਕਰਾਂਗੇ ਗਾਹ ਨੂੰ। ਅਤੇ ਅੰਡੇ ਬਾਈ ਆ ਪਏ ਹੀ ਆ ਆਪਣੇ 21 ਤਰੀਕ ਵਾਲੇ, ਇਹਨਾਂ 'ਚ ਤਾਂ ਹਲੇ ਕੋਈ 1-2 ਕੇ ਨਿਕਲੇ, ਅਤੇ ਬਾਕੀ ਤਾਂ ਅੰਡੇ ਸਾਰੇ ਖਰਾਬ ਹੋ ਗਏ। ਅੱਜ ਇਹਦੀ ਵੀ ਆਪਾਂ ਸਫਾਈ ਕਰਦੇ ਹਾਂ ਦਾਣਾ ਪਾ ਕੇ। ਦੋਸਤੋ ਲਾਜ਼ਮਾਂ ਬਟੇਰਾਂ ਦੇ ਵੀ ਅੰਡੇ ਹਨ, ਉਹ ਕੱਢਣੇ ਪੈਣੇ ਆ ਪਹਿਲਾਂ, ਕੱਲ੍ਹ ਦੇ ਦਿੱਤੇ ਹੋਏ ਇਹਨਾਂ ਨੇ। ਅਤੇ ਬਾਕੀ ਹੁਣ ਕਰਦੇ ਹਾਂ ਜੀ ਵੀਡੀਓ ਨੂੰ ਬੰਦ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਜੀ। ਧੰਨਵਾਦ ਜੀ।